ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ ਹੀਰਾ ਕਿਸਕਾ ਵਪਰਾ ਹੀਰਾ ਕਿਸਕਾ ਵਪਰਾ ਪੂਜਾ ਨ ਰਤਨ ਕਰੋੜ ਆਏ ਨੇ ਸਾਧੂ ਜਗ ਤਾਰਨੇ ਨੂੰ ਆਏ ਨੇ ਸਾਧੂ ਜਗ ਤਾਰਨੇ ਨੂੰ ਆਏ ਨੇ ਸਾਧੂ ਸਾਰੇ ਜਪੋ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਸਤਿਗੁਰੂ ਜੀ ਦੇ ਕਥਨ ਅਨੁਸਾਰ ਪੂਰਵ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅਧੇਰ ਮਿਲਥਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਪਹਿਲਾਂ ਵਾਹਿਗੁਰੂ ਦੀ ਮਹਾਨ ਕਿਰਪਾ ਹੋਈ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ ਦੇਹੋ ਦਰ ਸਰ ਆਇਆ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ। ਮਨੁੱਖਾਂ ਦੇ ਮਿਲੀ ਪਹਿਲੀ ਕਿਰਪਾ ਸਤ ਮਹਾਰਾਜ ਜੀ ਵਚਨ ਕਰਦੇ ਹੁੰਦੇ ਪਹਿਲੀ ਕਿਰਪਾ ਪਰਮੇਸ਼ਰ ਦੀ ਮਨੁੱਖਾਂ ਦੇ ਮਿਲ ਜਾਣੀ ਦੂਸਰੀ ਕਿਰਪਾ ਹੋ ਜਾਣੀ ਇਹਨੂੰ ਇਹ ਸੰਸਾਰ ਵਿੱਚ ਆ ਕੇ ਪੂਰਨ ਪੁਰਖਾਂ ਦੀ ਸੰਗਤ ਹੋ ਜੇ ਅਤੇ ਸੋਝੀ ਆ ਜਾਣੀ ਤੀਸਰੀ ਕਿਰਪਾ ਪੂਰਨ ਪੁਰਖਾਂ ਦੀ ਪ੍ਰੇਰਨਾ ਦਾ ਸਦਕਾ ਇਹ ਗੁਰੂ ਦੇ ਚਰਨੀ ਲੱਗ ਜਾਣਾ ਇਹਦਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅਨੰਦ ਅਨੰਤਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਭਾਵ ਅੰਮ੍ਰਿਤਧਾਰੀ ਹੋ ਜਾਣਾ। ਜੇ ਤਾਂ ਭਾਈ ਤੀਸਰੀ ਕਿਰਪਾ ਹੋ ਚੁੱਕੀ ਆ ਆਪਣੇ ਉੱਪਰ ਹੁਣ ਚੌਥੀ ਕਿਰਪਾ ਇੱਕ ਹੋਰ ਹੈ ਕਿਰਪਾ ਕਰੇ ਜੇ ਆਪਣੀ ਗੁਰੂ ਪਰਮੇਸ਼ਰ ਦੀ ਇੱਕ ਕਿਰਪਾ ਆਪ ਵੀ ਕਰਨੀ ਹੈ ਆਪਾਂ ਨੇ ਗੁਰ ਸ਼ਬਦ ਨੂੰ ਕਮਾਉਣਾ ਹੈ ਸੰਤੋ ਸਾਗਰ ਪਾਰ ਉਤਰੀਏ
ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦ ਦੀ ਤਰੀਐ। ਸਿਰਫ ਤਿੰਨ ਬਚਨ ਕਰਨੇ ਹਨ ਮਹਾਰਾਜ ਜੋ ਕਰਦੇ ਹੁੰਦੇ ਸਤਸੰਗੀਆਂ ਵਾਸਤੇ, ਜੋ ਸੰਤ ਮਹਾਰਾਜ ਜੀ ਹਮੇਸ਼ਾ ਸੇਧ ਦਿੰਦੇ ਸਨ। ਤਿੰਨ ਗੁਣ ਧਾਰਨੇ ਸਤਸੰਗੀ ਪੁਰਸ਼ ਵਾਸਤੇ ਬੜੇ ਜ਼ਰੂਰੀ ਹਨ। ਪਹਿਲਾ ਹੈ ਸ਼ਰਧਾ। ਮੇਰਾ ਖਿਆਲ ਹੈ ਜਿੰਨੇ ਵੀ ਆਏ ਹਾਂ ਆਪਾਂ ਸ਼ਰਧਾਵਾਨ ਹੀ ਆਏ ਹਾਂ। ਬਿਨਾਂ ਸ਼ਰਧਾ ਤੋਂ ਕੋਈ ਘਰੋਂ ਚੱਲ ਹੀ ਨਹੀਂ ਸਕਦਾ। ਅੰਦਰ ਮਨ ਵਿੱਚ ਪਿਆਰ ਹੋਇਆ ਤਾਂ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ। ਆ ਰਹੇ ਹੋਣਾ, ਇਹ ਤੁਹਾਨੂੰ ਸ਼ਰਧਾ ਲੈ ਆਈ। ਸੰਤ ਮਹਾਰਾਜ ਜੀ 'ਤੇ ਕਹਿ ਲਓ, ਗੁਰੂ ਪਰਮੇਸ਼ੁਰ 'ਤੇ ਕਹਿ ਲਓ, ਗੱਲ ਇੱਕੋ ਹੀ ਹੈ। ਕਿਉਂਕਿ ਮਹਾਂਪੁਰਸ਼ ਵੀ ਗੁਰੂ ਨਾਲ ਜੋੜਦੇ ਨੇ, ਗੁਰੂ ਪ੍ਰੇਰਨਾ ਦਿੰਦੇ ਹਨ ਬਈ ਮਹਾਂਪੁਰਸ਼। ਹਰ ਰੋਜ਼ ਅਰਦਾਸ ਵੀ ਇਹੋ ਹੀ ਹੈ, ਸਹੀ ਗੁਰਮੁਖ ਪਿਆਰੇ ਮੇਰ ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਇਹ ਵੀ ਗੁਰੂ ਮਹਾਰਾਜ ਦੀ ਪ੍ਰੇਰਨਾ ਹੈ। ਉਹ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੀ ਪ੍ਰੇਰਨਾ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਾਨ ਕਉ ਸਦਾ ਨਮਸਕਾਰ। ਤੋ ਇਹੋ ਜਿਹੇ ਮਹਾਂਪੁਰਸ਼ ਜੋ ਸਾਨੂੰ ਸਮਝਾਉਂਦੇ ਨੇ, ਸ਼ਰਧਾ ਰੱਖੋ ਭਾਈ, ਗੁਰੂ ਪਰਮੇਸ਼ੁਰ ਦੇ ਸ਼ਰਧਾ ਨਾਲ ਗੁਰੂ ਚਰਨਾਂ ਵਿੱਚ ਆਓ। ਜਿੰਨੀ ਦੇਰ ਫੇਥ ਨਹੀਂ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ ਨਾ ਗੁਰੂ ਦੇ ਉੱਪਰ, ਅਤੇ ਉੱਨੀ ਦੇਰ ਸਾਧ ਸੰਗ ਇੱਥੋਂ ਲੈਣ ਨੂੰ ਕੁਛ ਵੀ ਨਹੀਂ ਹੈ। ਜਾ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਗੁਰੂ ਪ੍ਰਤੀ ਪ੍ਰਤੀਤ ਹੋਣੀ ਸ਼ਰਧਾ। ਦੂਸਰਾ ਹੈ ਨਿਰਮਾਣਤਾ, ਬਈ ਮਨ ਵਿੱਚ ਕੋਈ ਮਾਣ ਨਾ ਹੋਵੇ, ਕਿਸੇ ਕਿਸਮ ਦਾ ਹੰਕਾਰ ਨਾ ਹੋਵੇ। ਛੇ ਕਿਸਮ ਦਾ ਹੰਕਾਰ ਦੱਸਦੇ ਹੁੰਦੇ ਮਹਾਰਾਜ ਜੀ, ਰਾਜ ਮਦ, ਰੂਪ ਮਦ, ਧਨ ਮਦ, ਵਿੱਦਿਆ ਮਦ, ਹਕੂਮਤ ਮਦ, ਜਵਾਨੀ ਮਦ। ਤਿੰਨ ਛੇ ਕਿਸਮ ਦੇ ਮਦ ਨੂੰ, ਹੰਕਾਰ ਨੂੰ ਉੱਥੇ ਜੋੜੇ ਖਾਨੇ ਵਿੱਚ ਹੀ ਰੱਖ ਦੇਣਾ, ਕਿਉਂਕਿ ਹੰਕਾਰੀ ਪੁਰਸ਼ ਨੂੰ ਇੱਥੋਂ ਖਾਲੀ ਜਾਣਾ ਪੈਂਦਾ। ਗਰਭ ਜਿਨ੍ਹਾਂ ਵਡਿਆਈਆਂ, ਧਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਉਂ ਟਿੱਬੇ ਜੋਮੀ ਹਾ। ਆਪਾਂ ਖਾਲੀ ਥੋੜ੍ਹੀ ਜਾਣਾ ਇੱਥੋਂ, ਆਪਾਂ ਝੋਲੀਆਂ ਭਰਨ ਵਾਸਤੇ ਆਏ ਹਾਂ। ਸੰਤ ਹਮੇਸ਼ਾ ਹੀ ਦਿੰਦੇ ਹਨ, ਹਮੇਸ਼ਾ ਹੀ ਬਖਸ਼ਾਂ ਕਰਦੇ ਹਨ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਪਰ ਮਿਲੇ ਕਿਵੇਂ? ਤਾਂ ਜਬ ਮਾਨ ਲਿਹੋ ਮਨ ਮੋਲ, ਇਵੇਂ ਮਿਲੂਗਾ। ਤਾਂ ਜਬ ਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ ਲਾਲ ਕੇ ਬਸੰਤੈ ਸੰਗ ਚਾਲ। ਅਵਰ ਤਿਆਗ ਵਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁੱਖ ਉਜਲ ਹਰ ਦਰ ਕਹਿ ਤੋਏ। ਪਰ ਇਹ ਵਾਪਾਰ ਵਿਰਲਾ ਵਾਪਾਰ ਹੈ। ਹੁਣ ਇਹ ਵਿਰਲੇ ਦੇ ਹਿੱਸੇ ਵਿੱਚ ਆਉਂਦੀ ਹੈ ਗੱਲ ਭਾਈ, ਹਰ ਇੱਕ ਨੂੰ ਇਹ ਪ੍ਰਾਪਤ ਨਹੀਂ ਹੋਣੀ ਗੱਲ। ਇਹ ਵਾਪਾਰ ਵਿਰਲਾ ਵਾਪਾਰ ਹੈ, ਨਾਨਕ ਤਾਕੈ ਸਤ ਬਲਿਹਾਰਾ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਫਿਰ ਉਹਦੇ ਬਲਿਹਾਰੇ ਜਾਂਦੇ ਹਾਂ, ਜਿਹੜਾ ਇਹ ਵਣਜ ਕਰਦੇ ਨੇ, ਜਿਹੜਾ ਸੰਤਾਂ ਨੇ ਕੀਤਾ। ਕਿਨਹੀ ਵਣਜਾ ਕਾਂਸੀ ਤਾਂਬਾ, ਕਿਨਹੀ ਲੌਂਗ ਸਵਾਰੀ ਸਪਾਰੀ, ਸੰਤੋ ਵਣਜਾ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾੜ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਉਹਨਾਂ ਨੇ ਸੰਸਾਰੀ ਬਿਰਤੀ ਛੱਡ ਦਿੱਤੀ, ਨਿਰੰਕਾਰੀ ਬਿਰਤੀ ਧਾਰਨ ਕਰ ਲਈ। ਨਿਰੰਕਾਰੀ ਬਿਰਤੀ ਧਾਰਨ ਕਰਕੇ ਕੀ ਹੋਇਆ? ਜਿਨ ਹਰ ਜਪਿਆ ਤੇ ਹਰ ਹੋਏ, ਉਹ ਹਰ ਦਾ ਹਰੀ ਦਾ ਰੂਪ ਬਣ ਗਏ। ਸੰਤਨ ਸੰਗ ਕਬੀਰਾ ਵਿਗਰਿਓ, ਸੋ ਕਬੀਰ ਰਾਮੈ ਹੋਏ ਨਿਬਰਿਓ। ਤੂੰ ਤੂੰ ਕਰਤਾ ਤੂੰ ਹੂਆ, ਮੁਜਮੇ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਬੜੇ ਦ੍ਰਿਸ਼ਟਾਂਤ ਹਨ ਸੱਚੇ ਪਾਤਸ਼ਾਹ ਦੇ। ਉਹ ਪਰਮੇਸ਼ਰ ਰੂਪ ਹੋ ਗਏ ਸਨ, ਨਾਨਕ ਸਾਧ ਪ੍ਰਭ ਭੇਜਣਾ ਭਾਈ, ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਤਮ ਰਸ ਜੇ ਜਾਣ ਹੀ ਸੋ ਹੈ ਖਾਲਸ ਦੇਵ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਸੋ ਹੈ ਖਾਲਸ ਦੇ ਬ੍ਰਹਮ ਹੈ ਮੋਹ ਮੈਂ ਤਾਤ ਮੈਂ ਰੰਚਕ ਨਾਹਿਨ ਭੇਵ। ਇਹੋ ਜਿਹੇ ਮਹਾਂਪੁਰਸ਼ ਦੂਸਰਾ ਗੁਣ ਭਾਈ ਨਿਮਰਤਾ ਦਾ ਹੈ, ਤੀਸਰਾ ਹੈ ਚਿੱਤ ਦੀ ਇਕਾਗਰਤਾ। ਇਕਾਗਰ ਕਰੋ ਮਨ ਨੂੰ, ਜਦੋਂ ਵੀ ਇਕਾਗਰ ਕਰਕੇ ਆਪਾਂ ਗੁਰੂ ਬਾਣੀ ਪੜ੍ਹਾਂਗੇ ਜਾਂ ਸੁਣਾਂਗੇ, ਕਥਾ ਕੀਰਤਨ ਸੁਣਾਂਗੇ ਸਾਧ ਸੰਗਤ, ਫਿਰ ਤੈਨੂੰ ਆਨੰਦ ਆਏਗਾ। ਇਸ ਕਰਕੇ ਸੰਤ ਮਹਾਰਾਜ ਜੀ ਨੇ ਬਹੁਤ ਕੁਝ ਸਿਖਾਇਆ ਪਿਆਰਿਓ ਆਪਾਂ ਨੂੰ, ਅਤੇ ਉਹਨਾਂ ਦਾ ਸੰਸਾਰ ਵਿੱਚ ਆਉਣਾ ਕੇਵਲ ਅਤੇ ਕੇਵਲ ਜਨਮ ਮਰਨ ਦੋਹੂੰ ਮੈਂ ਨਾ ਹੀ ਜਨ ਪਰ ਉਪਕਾਰੀ ਆਏ। ਕੀ ਪਰ ਉਪਕਾਰ ਸੀ? ਜੀਤਾਨ ਦੇ ਭਗਤੀ ਲਾਇਨ, ਬਈ ਜੀਵਨ ਦਾਨ ਦਿੱਤਾ ਸਾਨੂੰ, ਹਾਲਤ ਸੁੱਖ ਪਾਲਤ ਸੁੱਖ ਨਿੱਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ ਮਿਟੈ ਕਮਾਣੇ ਪਾਪ ਚਰਾਣੇ ਸਾਧ ਸੰਗਤ ਮਿਲ ਮੂਆ ਜੀਜੈ। ਇਹ ਜੀਵਨ ਦਿੱਤਾ ਸਾਨੂੰ ਜੋ ਸਾਧ ਸੰਗਤ ਵਿੱਚ ਆ ਕੇ ਮਿਲਦਾ ਹੈ। ਜੀ ਦਾਨ ਦੇ ਭਗਤੀ ਲਾਇਨ ਹਰ ਸਿਓ ਲੈਣ ਮਿਲਾਏ। ਔਰ ਟੁੱਟੀਆਂ ਹੋਈਆਂ ਰੂਹਾਂ ਨੂੰ ਕਦੋਂ ਟੁੱਟ ਗਏ ਆਪਾਂ? ਜਦੋਂ ਆਪਣਾ ਜਨਮ ਹੋਇਆ। ਸਾਰਿਆਂ ਨੂੰ ਪਤਾ ਬਾਣੀ ਰੋਜ਼ ਹੀ ਪੜ੍ਹਦੇ ਹਾਂ ਆਪਾਂ, ਜਾਤ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ। ਇਹ ਸਾਰਾ ਕੁਛ ਮਹਾਰਾਜ ਜੀ ਆਪਾਂ ਨੂੰ ਸਮਝਾਉਂਦੇ ਹੁੰਦੇ ਨਾ, ਅਤੇ ਮਾਇਆ ਦਾ ਅਸਰ ਪੈਣ ਕਰਕੇ ਤ੍ਰਿਸ਼ਨਾ ਦਾ ਪਹਿਲਾ ਬੀਜ ਬੀਜਿਆ ਗਿਆ, ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ। ਏਡਾ ਵੱਡਾ ਇਹ ਤ੍ਰਿਸ਼ਨਾ ਦਾ ਬੀਜ ਹੋ ਗਿਆ, ਮਰਨ ਤੱਕ ਮੁੜ ਕੇ ਉਹ ਪੱਖ ਯਾਦ ਹੀ ਨਹੀਂ ਆਇਆ ਜਿਹੜਾ ਜਨਮ ਵੇਲੇ ਜਿੱਥੋਂ ਇਹ ਜਨਮ ਦੇ ਵੇਲੇ ਵਾਅਦੇ ਕਰਕੇ ਤੁਰਿਆ ਸੀ ਨਾ, ਉਹ ਮੁੜ ਕੇ ਇਹਨੂੰ ਯਾਦ ਹੀ ਨਹੀਂ ਆਇਆ। ਮਹਾਂਪੁਰਸ਼ ਇਹੋ ਹੀ ਯਾਦ ਕਰਾਉਂਦੇ ਰਹੇ ਸਾਰੀ ਜ਼ਿੰਦਗੀ ਭਾਈ। ਉਹ ਸਮੇਂ ਨੂੰ ਯਾਦ ਕਰੋ, ਰਚੰਤ ਜੀ ਰਚਨਾ ਮਾਤ ਗਰਭ ਸਥਾਪਨ ਸਾਧ ਸਾਧ ਸਿਮਰਤ ਨਾਨਕ ਮਹਾਂ ਅਗਨ ਨਾਭ ਨਾਸਨ ਮੁੱਖ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਏ। ਨਾਨਕ ਸੋ ਧਣੀ ਕਿਉਂ ਵਿਸਾਰੇ ਉਧਰੈ ਜਿਸ ਦੈ ਨਾਏ, ਉਧਰ ਤਾਪਨ ਉੜਦ ਤਾਪਾਂਤਰ ਕਰੇ ਵਣਜਾਰਿਆ ਮਿੱਤਰਾ ਖਸਮ ਸੇਤੀ ਅਰਦਾਸ। ਹਮੇਸ਼ਾ ਹੀ ਯਾਦ ਕਰਾਉਂਦੇ, ਸਮਾਂ ਨਹੀਂ ਹੈ, ਇੱਕ ਧਾਰਨਾ ਪੜ੍ਹ ਲਓ ਆਪਾਂ। ਪਰ ਆਹੀ ਬਈ ਮਹਾਰਾਜ ਜੀ ਕਿਰਪਾ ਕਰ ਦਿਓ, ਸਤਿਗੁਰੂ ਸੱਚੇ ਪਾਤਸ਼ਾਹ ਆਪ ਸਮਰੱਥੋਂ ਇਹੋ ਜਿਹੇ ਮਹਾਂਪੁਰਸ਼। ਧੰਨਵਾਦ ਸਾਰੇ ਸਿੰਘ ਸਾਹਿਬਾਨਾਂ ਦਾ, ਸਾਰੇ ਮਹਾਂਪੁਰਸ਼ਾਂ ਦਾ, ਧੰਨ ਸੰਗਤ ਦਾ, ਸਾਰੀ ਸੰਗਤ ਦਾ ਧੰਨਵਾਦ। ਔਰ ਕਿਉਂਕਿ ਸੰਗਤ ਵੀ ਪਰਮੇਸ਼ੁਰ ਸਰੂਪ ਹੈ, ਵਿੱਚ ਸੰਗਤ ਹਰ ਪ੍ਰਭਤ ਹੈ ਜੀ ਉਹ। ਔਰ ਇਸੇ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ। ਆਓ ਆਹ ਧਾਰਨਾ ਕਰਕੇ ਸਮਾਪਤੀ ਕਰਾਂਗੇ ਸਾਧ ਸੰਗਤ। ਸਾਰੀਆਂ ਸੰਗਤਾਂ ਨੂੰ ਸੰਤ ਮਹਾਰਾਜ ਦੇ ਅਵਤਾਰ ਦਿਹਾੜੇ ਦੀ, ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਮਿਲ ਜਾਵੇ ਕੋਈ ਰੱਬ ਦਾ ਵਾਸਿਆ, ਮਿਲ ਜਾਵੇ ਕੋਈ ਰੱਬ ਦਾ ਵਾਸਿਆ, ਮਿਲ ਜਾਵੇ ਸਾਰੀਆਂ ਬੀਬੀਆਂ। ਵਾਹ ਵਾਹ। ਮਿਲ ਜਾਵੇ ਤੂੰ ਵੀ ਬਖਸ਼ਿਆ ਜਾਵੇਂਗਾ, ਕੋਈ ਰੱਬ ਦਾ ਵਖਸ਼ਿਆ, ਮਿਲ ਜਾਵੇ ਕੋਈ ਰੱਬ ਦਾ ਬਖਸ਼ਿਆ ਤੂੰ ਵੀ। Thank you.
ਮਿਲ ਜਾਵੇ ਕਰ ਦੁਨੀਆਂ ਦੇਖਣ ਜਾ ਕੋਈ ਮਿਲ ਜੇ ਬਖਸ਼ਿਆ ਰੱਬ ਦਾ ਬਖਸ਼ੀਆਂ ਰੂਹਾਂ ਸੱਚਖੰਡ 'ਚੋਂ ਧੁਰੋਂ ਪਰਮੇਸ਼ੁਰ ਭੇਜਦਾ ਹੈ ਸੋਹਣਾ ਬਾਗ ਹੈ ਵਾਹਿਗੁਰੂ ਦਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਇਹ ਸੁੰਦਰ ਬਾਗ ਨੂੰ ਫਿਰ ਠੀਕ ਹੋਰ ਨੁਕਸ ਜੇ ਕੋਈ ਪੈ ਗਿਆ ਜੇ ਕਮਜ਼ੋਰੀ ਆ ਗਈ ਤਾਂ ਫਿਰ ਮਹਾਂਪੁਰਸ਼ ਮਾਲੀ ਦੀ ਤਰ੍ਹਾਂ ਇਹਦੇ ਵਿੱਚੋਂ ਸਾਧ ਸੰਗ ਜਿਹੜੇ ਕੰਡੇ ਪੈਦਾ ਹੋ ਗਏ ਉਹਨਾਂ ਨੂੰ ਅਸਲੀ ਗੁਰਮਤਿ ਦੀ ਪਾਣ ਚਾੜ ਕੇ ਉਹਨਾਂ ਨੂੰ ਵੀ ਫੁੱਲ ਬਣਾ ਜਾਂਦੇ ਹਨ। ਧੰਨ ਸਨ ਮਹਾਰਾਜ ਜੀ, ਆਓ ਬੋਲਦਿਆਂ ਤੋਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਹਨ, ਆਪਣੇ ਭੁੱਲ 'ਤੇ ਵੀ ਖਿਮਾ ਬਖਸ਼ਣੀ ਅਤੇ ਸਾਰੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।